ਇਹਨਾਂ ਵੱਲੋਂ ਅਤੇ ਆਪਣੀ ਸਾਰੀ ਸੰਗਤ ਵੱਲੋਂ ਤਦ ਸ਼ਹੀਦ ਜੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਹਿੰਮਤ ਦੀ ਉਪਰਾਲਾ ਕੀਤਾ ਅਤੇ ਇਹਨਾਂ ਨੂੰ ਸਾਡੇ ਤੱਕ ਪਹੁੰਚਾਇਆ। ਅਗਲੇ ਜਿਹੜੇ ਬੁਲਾਰੇ ਤੁਹਾਡੇ ਸਾਹਮਣੇ ਆ ਰਹੇ ਨੇ ਗਲੋਬਲ ਪੰਜਾਬੀ ਬਲਾਕ ਦੇ ਵਿੱਚੋਂ ਇਹ ਸਾਨੂੰ ਸਰਦਾਰ ਮਿਲੀ ਸਮਝੋ ਮੇਰੇ ਪਰਮਟ ਭਰਾ ਨੇ ਜਿਨ੍ਹਾਂ ਨੇ ਦੋ ਕਿਤਾਬਾਂ ਨਜ਼ਮਾਂ ਦੀਆਂ ਛਪ ਚੁੱਕੀਆਂ ਨੇ ਜਿਨ੍ਹਾਂ ਦੀਆਂ ਪਹਿਲੀ ਕਿਤਾਬ ਸੀ ਇਹਦੀ ਰੰਗੋ ਰੰਗੀ ਜਿਹਦੀ ਖੂਬਸੂਰਤੀ ਇਹ ਸੀ ਕਿ ਇੱਕ ਪਾਸੇ ਸ਼ਾਹਮੁਖੀ ਸੀ ਦੂਜੇ ਪਾਸੇ ਗੁਰਮੁਖੀ ਸੀ ਉਹਦਾ ਨਾਂ ਸੀ ਰੰਗੋ ਰੰਗੀ ਅਤੇ ਦੂਜੀ ਇਹਨਾਂ ਦੀ ਕਿਤਾਬ ਦੇ ਵਿੱਚ ਛਪ ਕੇ ਆ ਚੁੱਕੀ ਹੈ ਉਹ ਕਿਉਂਕਿ ਇੱਥੇ ਦੇ ਬੱਚਿਆਂ ਨੂੰ ਡੈਡੀਕੇਟ ਕੀਤੀ ਗਈ ਸੀ ਇੱਕ ਪਾਸੇ ਸ਼ਾਹਮੁਖੀ ਇੱਕ ਪਾਸੇ ਰੋਮਨ ਪੰਜਾਬੀ ਦੇ ਵਿੱਚ ਲਿਖੀ ਗਈ ਹੈ ਅਤੇ ਉਸ ਕਿਤਾਬ ਦਾ ਨਾਂ ਸੀ ਜੀ ਆਪਣਾ ਖੋਜ ਅਤੇ ਮੇਰੇ ਵੀਰ ਤੁਹਾਡੇ ਸਾਹਮਣੇ ਲੈ ਕੇ ਆਏ ਹਨ ਸਾਜਿਦ ਚੌਧਰੀ ਬਿਸਮਿਲਲਾਹਿਰਰਹਿਮਾਨਿਰਰਹੀਮ ਆਪਣੇ ਸਿੱਖ ਭੈਣਾਂ ਭਰਾਵਾਂ ਨਾਲ ਬਾਬਾ ਜੀ ਦਾ ਜਨਮ ਦਿਨ ਬਹੁਤ ਵਧਾਈਆਂ ਬਹੁਤ ਮੁਬਾਰਕ ਬਹੁਤ ਔਰ ਜਿਹੜੇ ਮੇਰੇ ਉਸਮਾਨ ਵੀਰ ਮੌਜੂਦ ਨੇ ਉਹਨਾਂ ਦੀ ਮਿਲਾਦ ਦੀ ਮੁਬਾਰਕ ਤੁਸੀਂ ਜਿਹੜੇ ਇੱਥੇ ਬਾਕੀ ਰਹਿ ਗਏ ਉਹ ਬੜੇ ਡਿਵੋਟਿਡ ਲੋਕ ਹੋ ਮੈਂ ਤੁਹਾਡੇ ਸਬਰ ਔਰ ਹਿੰਮਤ ਔਰ ਡਿਵੋਸ਼ਨ ਨੂੰ ਸਲਾਮ ਕਰਨਾ ਅਤੇ ਮੈਂ ਲੰਬੀ ਤਰ ਚੀਜ਼ਾਂ ਇਸ ਦਾ ਤਰੀਕ ਸੁਣਾਵਾਂਗਾ ਕਿ ਮੈਨੂੰ ਇਹ ਲੱਗਦਾ ਕਿ ਮਰੇ ਮਾਰੇ ਸ਼ਾਮ ਕਿਸੇ ਆਦਮੀ ਨਾਲ ਥੋੜ੍ਹੀ ਦੇਰ ਪਹਿਲੇ ਗੱਲ ਹੋ ਰਹੀ ਸੀ ਉਹ ਕਹਿੰਦਾ ਜੀ ਅਸੀਂ ਇਸ ਚੀਜ਼ ਦਾ ਯਕੀਨ ਨਹੀਂ ਰੱਖਦੇ ਕਿ ਇਸ ਜੀਵਨ ਤੋਂ ਬਾਅਦ ਵੀ ਕੋਈ ਜੀਵਨ ਹੈ ਜਾਂ ਕੋਈ ਲਾਈਫ ਆਫਟਰ ਡੈਥ ਅਸੀਂ ਨਹੀਂ ਮੰਨਦੇ ਮੈਂ ਉਹਨੂੰ ਕਿਹਾ ਤੇਰੀ ਅੱਛੀ ਗੱਲ ਹੈ ਨਹੀਂ ਮੰਨਣਾ ਮੰਨਣਾ ਹਰ ਇੱਕ ਦਾ ਆਪਣਾ ਆਪਣਾ ਅਮਲ ਹੈ ਜੋ ਕਿਸੇ ਨੂੰ ਅੱਛਾ ਲੱਗੇ ਉਹ ਮੰਨੇ ਜੋ ਨਹੀਂ ਅੱਛਾ ਲੱਗੇ ਨਾ ਮੰਨੇ ਲੇਕਿਨ ਇਸ ਤਰ੍ਹਾਂ ਦੇਖੋ ਕਿ ਅਗਰ ਅੱਜ ਅਸੀਂ ਇੱਥੇ 550 ਸਾਲ ਬਾਅਦ ਬਾਬਾ ਜੀ ਇੱਥੇ ਬੈਠੇ ਯਾਦ ਕਰ ਰਹੇ ਹਾਂ ਤਾਂ ਤੁਸੀਂ ਕੀ ਸਮਝਦੇ ਹੋ ਕਿ ਉਹ ਮੌਜੂਦ ਨਹੀਂ ਹੈ ਜਾਂ ਉਹ ਖਤਮ ਹੋ ਚੁੱਕੇ ਦਿਸ ਇਜ਼ ਲਾਈਫ ਆਫਟਰ ਡੈਥ ਦਿਸ ਇਜ਼ ਲਾਈਫ ਆਫਟਰ ਡੈਥ ਜੋ ਲੋਕ ਬਿਲੀਵ ਨਹੀਂ ਕਰਦੇ ਉਹ ਇਹਨਾਂ ਚੀਜ਼ਾਂ ਤੋਂ ਸਿੱਖ ਸਕਦੇ ਹੈ ਲਾਈਫ ਆਫਟਰ ਡੈਥ ਦੇ ਕਈ ਕਨਸੈਪਟ ਹਨ ਲੇਕਿਨ ਜਿਹੜੇ ਲੋਕ ਆਪਣੇ ਰੱਬ ਦੇ ਨਾਲ ਮੈਂ ਸੂਫੀਜ਼ਮ ਦਾ ਮੈਂ ਉਹਦਾ ਤਾਲੁਕ ਇਲਮ ਹਾਂ ਮੈਂ ਇੱਥੇ ਤੁਹਾਨੂੰ ਕੋਈ ਐਸੀ ਚੀਜ਼ ਨਹੀਂ ਸੁਣਾਵਾਂਗਾ ਕਿਉਂਕਿ ਮੈਨੂੰ ਪਤਾ ਬਹੁਤ ਬੋਝਲ ਟਾਈਮ ਤੁਹਾਡੇ 'ਤੇ ਗੁਜ਼ਰ ਚੁੱਕਿਆ ਲੇਕਿਨ ਮੈਂ ਸਾਦਾ ਤਰੀਕੇ 'ਚ ਇਹ ਦੱਸਾਂਗਾ ਕਿ ਜਿਹੜੇ ਸੱਚ ਦੇ ਨਾਲ ਪਿਆਰ ਕਰਦੇ ਨੇ ਸੱਚੇ ਦਿਲ ਦੇ ਨਾਲ ਪਿਆਰ ਕਰਦੇ ਨੇ ਔਰ ਉਹ ਲੋਕਾਂ ਦੀ ਉਹਨਾਂ ਨਾਲ ਵੀ ਗਰਜ਼ਾਂ ਨਾਲ ਪਿਆਰ ਨਹੀਂ ਕਰਦੇ ਕਿ ਮੈਂ ਦੁਆ ਕਰਾਂ ਮੇਰਾ ਰੱਬ ਮੇਰਾ ਮਸਲਾ ਹੱਲ ਕਰ ਦੇਵੇ ਹੱਲ ਕਰ ਦੇਵੇ ਤਾਂ ਮੇਰਾ ਰੱਬ ਚੰਗਾ ਨਾ ਚੰਗ ਨਾ ਹੋਵੇ ਮਸਲਾ ਹੱਲ ਤਾਂ ਮੈਂ ਕਹਾਂ ਰੱਬ ਨੂੰ ਵੀ ਤਾਂ ਕੁਛ ਨਹੀਂ ਜਿਹੜੇ ਰੱਬ ਨਾਲ ਰੱਬ ਸਮਝ ਕੇ ਪਿਆਰ ਕਰਦੇ ਨੇ ਬਾਬਾ ਗੁਰੂ ਨਾਨਕ ਤਰ੍ਹਾਂ ਔਰ ਬਹੁਤ ਸਾਰੇ ਵਲੀ ਅੰਬਿਆ ਉਹਨਾਂ ਤਰ੍ਹਾਂ ਉਹ ਲੋਕ ਫਿਰ ਅਮਰ ਹੋ ਜਾਂਦੇ ਨੇ ਉਹ ਲਾਈਫ ਆਫਟਰ ਡੈਥ ਦਾ ਤੁਹਾਡੇ ਸਾਹਮਣੇ ਮੌਜੂਦ ਰਹਿੰਦੇ ਨੇ ਫਾਰ ਐਵਰ ਅਸੀਂ ਇੱਥੇ ਤੁਹਾਨੂੰ ਮੈਂ ਛੋਟੀ ਜਿਹੀ ਚੀਜ਼ ਦੱਸਾਂਗਾ ਕਿਉਂਕਿ ਮੈਂ ਦੱਸਿਆ ਹੈਵੀ ਚੀਜ਼ਾਂ 'ਚ ਨਹੀਂ ਜਾਵਾਂ ਇੱਥੇ ਜਦੋਂ ਅਸੀਂ ਜ਼ਿੰਦਗੀ ਦੇ ਵਿੱਚ ਮੌਜੂਦ ਹਾਂ ਅਤੇ ਲੰਬੇ ਮਨਸੂਬੇ ਹੁੰਦੇ ਨੇ ਇਹ ਚੀਜ਼ ਕਰ ਲਓ ਇਹ ਚੀਜ਼ ਕਰ ਲਓ ਉਹਦੇ 'ਚ ਅਸੀਂ ਕਰਦੇ ਸੀ ਪੁਰਾਣੇ ਵਕਤਾਂ ਵਿੱਚ ਇੱਕ ਰਸਮ ਹੁੰਦੀ ਸੀ ਕਿ ਕੋਈ ਚੀਜ਼ ਵਾਅਦਾ ਕਰਨਾ ਹੈ ਕੋਈ ਕੰਮ ਕਰਨਾ ਹੈ ਝੰਡਾ ਬਣਾਉਣਾ ਹੈ ਅਤੇ ਉਹਦੇ ਉੱਤੇ ਇੱਕ ਗੰਢ ਮਾਰ ਦਿੰਦੇ ਸੀ ਧਾਗੇ ਦੇ ਉੱਤੇ ਕਿ ਇਹ ਚੀਜ਼ ਕਰਨੀ ਹੈ ਉਹ ਤਾਂ ਕਿ ਤੁਹਾਨੂੰ ਯਾਦ ਰਹੇ ਕਿ ਕਿਸ ਚੀਜ਼ ਵਾਸਤੇ ਗੰਢ ਮਾਰੀ ਸੀ ਅਤੇ ਉਹ ਮਾਰਦੇ ਜਾਂਦੇ ਗੰਢਾਂ ਫਿਰ ਉਹਦਾ ਕੀ ਹੋਇਆ ਇੱਕ ਤਾਂ ਛੋਟਾ ਜਿਹਾ ਕਿਤਾਬ ਕਰ
अच्छा मैं अर्ज करा कि एक जो मेरी तमीज बनी सी वो बेटी साड़ी ने भैन ने थोड़ी देर वास्ते रोक दिता सी जौ गड्या फल कणक ना आवे या बी ना जमे जौ गड्या फल कणक ना आवे भुजिया बी ना जमे जौ गड्या फल कणक ना आवे मेरा ख्याल पंजाबी बहुत सारे समझने वाले पिछाड़ी घर ना समझदा जौ गड्या फल कणक ना आवे भुजिया बी ना जमे जदों भी सौखियां रावां जुड़ियां पेंडे हो गए लम्मे ते मारी गए गंढा ते गंढा शामां पईआं साजिद मारी गए खास तौर ते सीनियर लोकां वास्ते मारी गए गंढा ते गंढा शामां पईआं साजिद कुछ गंढा ते खोली जाईए जे हुण वेला थमे फिर वेला नहीं थमदा इस वास्ते उहदा ख्याल करना पैंदा हुण मैं साड़ी इत्थे दी जिहड़ी जिंदगी है वो इतनी तेजी है और हर वेले असीं उहदे पिछे लगे हां इहदे मुताबिक बाबा जी ने फरमाया सी कि वेख फरीदा जो थिया दाड़ी होई भू अगों नेड़ा आया पिछा रिहा तू एक पहले मैं एक आध वारी किसे सुना चुकिया लेकिन फिर वो इस वास्ते सुनाना है कि तुसीं बहुत थके हो एक बुढ़ी सी उहदा बंदा कम ते गया ते वापस नहीं आया वो गवाच गया कि उन्हें क्या भी होने का कोई बंदोबस्त करिए वाक्य तुसी थोड़ा जा छोटा जा सुनो उहदे नाल की बीती ते वो की कहिंदी एक बुढ़ी का बंदा एक दिन कम तो घर ना आया हर पासे उस लभ्या भालिया पर सुराग ना पाया कई दिहाड़े लंघ गए ते होई वो मायूस जा के थाने रपट लिखा ले बोली एक मनहूस तुर पे थाने रबड़ लिखाने नाल लई हमसाई तुर पे थाने रबड़ लिखाने नाल लई हमसाई गुलिया बंदे ना लिखवांदी बह के कोल सिपाही गौर करना की सिपाही गुलिया की दसी दा बंदा गवाचा बेचारी तो की मुसीबत पई कहंदी 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 6 फुट लम्मा सी ओ गोरा रंग नछू 6 फुट लम्मा सी ओ गोरा रंग नछू मोटियां अखां चौड़ा सीना ते भरवां सी गबरू नाल हमसाई ठोकर मारी कहंदी गल सुन मेरी किस दा हुलिया दसन बैठी मारी गई मत तेरी क्योंकि हमसाई ने तो देखिया सी ना उहदा बंदा किन्ना गोरा नछू ते 6 फुट लम्मा सी ओह कहंदी नाल हमसाई ठोकर मारी कहंदी गल सुन मेरी किस दा हुलिया दसन बैठी मारी गई मत तेरी बुढ़ी कहंदी सुन हमसाई तू दड़ बट के बैठ जा तू ते मेरी गूढ़ सहेली रंग विच भंग ना पा ते आखरी शेर देखो कि वो कहंदी है वो गिठा ते काला कोजा वो गिठा ते काला कोजा रब सी पाया पले वो गिठा ते काला कोजा रब सी पाया पले ए ते कोई कम दा लभण जे हुण लभण चले मेरा ख्याल है और शायरी सुना के तुम हैरान नहीं करना मेरे को बहुत धन्यवाद बहुत धन्यवाद बहुत दुआवा और बहुत बधाइया रब तो रब ने करम के रखे और अभी इस तरह के कई दिन जो कई बार मना दे रही है आप बच्चे